ਅਸਲਾਮ ਵਾਲੇਕ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਐਸਾ ਟੀਵੀ ਤੇ ਮੈਂ ਤੁਹਾਡਾ ਆਪਣਾ ਸ਼ਫਕਤ ਤੇ ਮੈਂ ਮੁਹੰਮਦ ਜਵਾਦ ਵਸੀਮ ਜਾਣਦੇ ਹੀ। ਮੈਂ ਹਜੇ ਤੁਹਾਡਾ ਦੱਸਣ ਹੀ ਲੱਗਾ ਸੀ। ਵੈਸੇ ਇਹਨਾਂ ਦੇ ਤਾਰਫ ਦੀ ਜ਼ਰੂਰਤ ਤੇ ਬਿਲਕੁਲ ਹੀ ਨਹੀਂ ਹੈ। ਕਾਬਲ ਤੁਸੀਂ ਇਰਾਨ ਔਰ ਅਫਗਾਨਿਸਤਾਨ ਦੇ ਸ਼ਹਿਰ ਕਾਬਲ ਚ ਗਏ ਹੋ ਤੁਸੀਂ? ਗਏ ਜੀ, ਉੱਥੋਂ ਮੈਂ ਤੁਹਾਡੇ ਵਾਸਤੇ ਕਾਬਲੇ ਲਿਆਉਂਦੇ ਸੀ ਤੁਹਾਨੂੰ ਖਿੱਚਣ ਵਾਸਤੇ, ਕੱਸਣ ਵਾਸਤੇ। ਲੇਕਿਨ ਇਹ ਤੁਸੀਂ ਨਾਕਾਬਲੇ ਯਕੀਨ ਗੱਲ ਕਰ ਰਹੇ ਆ, ਬਹੁਤ ਕਾਬਲੇ ਦੀਦ ਹੈ ਔਰ ਆਪ ਕਾਬਲੇ ਇਹਤਰਾਮ ਹੈ। ਮਿਹਰਬਾਨੀ ਨਾਜ਼ਰੀਨ, ਅਸੀਂ ਅੱਜ ਬਹੁਤ ਹੀ ਪਿਆਰੀਆਂ ਗੱਲਾਂ ਕਰਨ ਵਾਸਤੇ ਇਹਨਾਂ ਨੂੰ ਟਾਈਮ ਇਹਨਾਂ ਕੋਲੋਂ ਖੋ ਲਿਆ, ਲਿਆ ਨਹੀਂ ਖੋ ਲਿਆ, ਬਰਮਿੰਗਮ 'ਚ ਤਸ਼ਰੀਫ ਲਿਆਏ ਨੇ। ਔਰ ਚਲੋ, ਮੈਨੂੰ ਮਹਿਮਾਨ ਨਵਾਜ਼ੀ ਦਾ ਤਾਂ ਸ਼ਰਫ ਇਹਨਾਂ ਨੇ ਬਖਸ਼ਿਆ, ਲੇਕਿਨ ਕੋਸ਼ਿਸ਼ ਇਹ ਸੀ ਕਿ ਅੱਜ ਉਹਨਾਂ ਨਾਲ ਉਹ ਥੋੜ੍ਹੀ ਜਿਹੀ ਗੁਫ਼ਤਗੂ ਕਰੀਏ ਜਿਹੜੀ ਹਜੇ ਤੱਕ ਉਹਨਾਂ ਨੇ ਕਿਸੇ ਟੀ ਵੀ ਚੈਨਲ 'ਤੇ ਜਾਂ ਕਿਸੇ ਥੀਏਟਰ 'ਤੇ ਜਾਂ ਕਿਸੇ ਪਲੇਟਫਾਰਮ 'ਤੇ ਹਜੇ ਤੱਕ ਨਹੀਂ ਕੀਤੀ। ਤੇ ਜਵਾਦ ਵਸੀਮ ਸਾਹਿਬ, ਇਹ ਦੱਸੋ ਕਿ ਤੁਸੀਂ ਇਮਰਾਨ ਅਸ਼ਰਫ ਸਾਹਿਬ ਦੀ ਹੋਸਟਿੰਗ 'ਚ ਇੱਕ ਪ੍ਰੋਗਰਾਮ ਹੋਇਆ ਮਜ਼ਾਕਰਾਤ, ਜੀ ਤੁਸੀਂ ਉਹਦੇ 'ਚ ਬਤੌਰ ਮਹਿਮਾਨ ਗਏ, ਉੱਥੇ ਜਾ ਕੇ ਤੁਸੀਂ ਤਿਗਨੀ ਦਾ ਨਾਚ ਨਚਾ ਦਿੱਤਾ ਸਾਰਿਆਂ ਨੂੰ, ਸਖਾਵਤ ਨਾਜ਼, ਸਰਦਾਰ ਕਮਾਲ ਮਰਹੂਮ, ਹਨੀ ਅਲਬੇਲਾ ਔਨ ਡੀਜੇ, ਮਤਲਬ ਕਿਸੇ ਨੂੰ ਬਖਸ਼ਿਆ ਜੀ। ਉਹ ਤੁਹਾਡਾ ਜਿਹੜਾ ਉਹ ਰਾਮੇ ਜਿਹੜਾ ਫੈਸਲ ਰਾਮੇ ਜਿਹੜਾ ਉਹ ਸ਼ੇਰ ਸੁਣਾਉਣ ਆਉਂਦਾ, ਕਿਸ ਤਰ੍ਹਾਂ ਇੰਨੀ ਐਨਰਜੀ ਕਿਸ ਤਰ੍ਹਾਂ ਆ ਗਈ? ਮੇਰਾ ਦੋਸਤ ਕਹਿੰਦਾ ਹੁੰਦਾ ਕਿ ਖਿਲਾੜੀ ਖੇਲਣੇ ਕੇ ਲਈ ਨਿਕਲਤੇ ਹੈ, ਓਕੇ, ਰਿਕਾਰਡ ਅੱਲਾ ਬਣਾਤੇ। ਤੇ ਮੈਂ ਤੇ ਜਸਟ ਇੰਟਰਵਿਊ ਦੇਣ ਵਾਸਤੇ ਗਿਆ ਸੀ ਤੇ ਮੇਰੇ ਦਿਨ ਚੰਗਾ ਸੀ ਕਿ ਜਿਸ ਤਰ੍ਹਾਂ ਬਾਕੀ ਇੰਟਰਵਿਊ ਹੁੰਦੇ ਨੇ, ਕਬ ਕਾਮ ਸ਼ੁਰੂ ਕੀਆ, ਪਹਿਲਾ ਡਰਾਮਾ ਕੌਣ ਸਾ ਥਾ, ਕੌਣ ਸਾ ਕਿਰਦਾਰ ਦੀ ਚਾਹਤਾ ਹੈ, ਯੇ ਮਜ਼ਹਬ ਕੀ ਤਰਫ ਕੈਸੇ ਆਏ, ਆਪਕੋ ਕੌਣ ਲੈ ਕੇ ਆਇਆ, ਇਹੋ ਜਿਹੇ ਸਵਾਲ ਹੋਣਗੇ ਤੇ ਮੈਂ ਵੀ ਦਿਆਂਗਾ। ਤੇ ਮੇਰੇ ਦੇ ਸੀ ਕਿ ਪ੍ਰੋਗਰਾਮ ਬੇਟਾ ਅੱਛਾ ਨਹੀਂ ਹੋਗਾ। ਅੱਛਾ, ਇਹ ਤੁਹਾਨੂੰ ਪਤਾ ਹੋ ਜਾਏਗਾ ਕਿ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਅੱਲਾ ਦੀ ਮਿਹਰਬਾਨੀ, ਅਸੀਂ ਮਜ਼ਾਕਰਾਤ ਬਿਲਕੁਲ ਤੁਸੀਂ ਸ਼ੁਰੂ ਕੀਤਾ ਸੀ, ਮੌਲਾ ਸਾਹਿਬ, ਮੈਂ, ਇਫਤਖਾਰ ਟਾਗਰ ਸਾਹਿਬ, ਸਖਾਵਟਾ ਤੇ ਨੁਮਾਨ ਜਾਸ ਸਾਹਿਬ, ਜੀ ਬਿਲਕੁਲ, ਤੇ ਡੀਜੇ ਮੋਹਸਨ, ਮੋਹਸਨ ਅਬਾਸ, ਯੈਸ, ਅਸੀਂ ਸ਼ੁਰੂ ਕੀਤਾ ਸੀ। ਮੀਆਂ ਅਮਰ ਸਾਹਿਬ ਦੇ ਆਰ ਮੈਰੀ ਤੇ ਸੁਹੇਲ ਸਾਹਿਬ ਮੀਟਿੰਗ ਹੋਈ ਸੀ, ਫਿਰ ਡਿਸਾਈਡ ਹੋਇਆ ਸੀ। ਤੋ ਮੇਰਾ ਉਸ ਪ੍ਰੋਗਰਾਮ ਨਾਲ ਇੱਕ ਵੈਸੇ ਰੂਹਾਨੀ ਤਲਕ, ਰੂਹਾਨੀ ਤਲਕ ਹੈ। ਤੇ ਮੈਂ ਫਿਰ ਛੱਡ ਦਿੱਤਾ ਮੈਂ, ਠੀਕ ਹੈ, ਕੁਛ ਉਹਨਾਂ ਨੂੰ ਵੀ ਮੇਰੇ ਬਹੁਤੀਆਂ ਮਸਰੂਫੀਅਤ ਪਸੰਦ ਨਹੀਂ ਆਈ ਹੈ। ਮੇਰਾ ਖਿਆਲ ਹੈ ਕਿ ਤੁਸੀਂ ਬਾਹਰ ਜ਼ਿਆਦਾ ਜਾਣ ਲੱਗ ਪਏ ਸੀ ਔਰ ਤੁਹਾਨੂੰ ਕਿਤੇ ਕਿਤੇ ਉਹ ਬਾਹਰ ਲਾ ਵੀ ਕਹਿਣ ਲੱਗ ਪਏ ਸੀ, ਬਾਬਾ ਨਜ਼ਮੀ ਦਾ ਸ਼ੇਰ ਨੀ ਸੁਣਿਆ? ਮੈਂ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ, ਮੈਂ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ, ਗੇੜੀ ਬੋਲੀ ਭਾਰੀ ਮੇਰੀ ਬੋਲੀ ਤੋਂ ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ। ਤੇ ਪੰਜਾਬੀ ਚ ਬਾਹਰ ਲਈ ਕਹਿੰਦੇ ਨੇ, ਪ੍ਰੋਗਰਾਮ ਚ ਗਿਆ ਸੀ ਬੜੇ ਅਰਸੇ ਬਾਅਦ, ਤੇ ਮੈਂ ਕਿਹਾ ਯਾਰ ਕਿਤੇ ਇਹ ਨਾ ਹੋਵੇ ਕਿ ਮੈਂ ਪ੍ਰੋਗਰਾਮ ਮਾਠਾ ਕਰ ਦੇ, ਕਿਉਂਕਿ ਅੱਗੇ ਉਹ ਬੜਾ ਅੱਛਾ ਜਾ ਰਿਹਾ। ਬਿਲਕੁਲ ਠੀਕ, ਇਮਰਾਨ ਨੇ ਪ੍ਰੋਗਰਾਮ ਨੂੰ ਬੜਾ ਅੱਛਾ ਚੁੱਕਿਆ। ਬਿਲਕੁਲ ਠੀਕ ਹੈ। ਤੋ ਮੈਨੂੰ ਇਹ ਵੀ ਇੱਕ ਖਿਆਲ ਸੀ, ਉਤੋਂ ਰਮਜ਼ਾਨ ਸ਼ਰੀਫ ਸੀ ਤੇ ਸਹਿਰੀ ਜਿਹੜੀ ਸੀ ਸਿਰਫ 2 ਘੰਟੇ ਰਹਿ ਗਿਆ ਸੀ, 2-2.5 ਘੰਟੇ, ਜਲਦੀ ਜਲਦੀ ਕਰਨਾ ਵੀ ਸੀ, ਠੀਕ ਹੈ, ਘਰ ਵੀ ਜਾਣਾ ਸੀ ਤੇ ਪ੍ਰੋਗਰਾਮ ਮੇਰੇ ਦਿਨ ਸੀ, ਮੇਰੇ ਦਿਨ ਸੀ, ਮੇਰੇ ਦਿਨ ਸੀ, ਅੱਛਾ ਨਹੀਂ ਹੋ ਸਕਦਾ ਮੇਰੇ ਨੂੰ,
ਇੰਟਰਵਿਊ ਚ ਕੀ ਮੈਂ ਗੱਲਾਂ ਕਰਨੀਆਂ, ਕੁਛ ਉਹਨਾਂ ਦੇ ਆਪਣੇ ਸੈਗਮੈਂਟ ਹੁੰਦੇ ਨੇ, ਕੋਈ ਹੁੰਦੇ ਨੇ, ਲੇਕਿਨ ਉਹ ਜਿਸਲੇ ਮੈਂ ਐਂਟਰ ਹੋਇਆ ਤੇ ਉਹ ਅੱਜ ਵੀ ਮੈਂ ਸੋਚਣਾ ਕਿ ਹੋਇਆ ਕੀ। ਉਹ ਡੀਜੇ ਨੇ ਸ਼ੇਰ ਸੁਣਾਇਆ ਉਹ ਸਾਰੀਆਂ ਇੱਟਾਂ ਪੱਟ, ਉਹ ਕੀ ਗੱਲ ਸੀ? ਉਹ ਕਹਿੰਦਾ ਨਾ ਕਿ ਸਾਰੀਆਂ ਹੀ ਇੱਟਾਂ ਬਣੀਆਂ ਪੱਠੇ ਅੰਦਰ। ਉਹ ਕਹਿੰਦਾ ਅੱਗੇ ਮੈਂ ਕਿਹਾ ਠਹਿਰ ਜਾ ਯਾਰ, ਪਹਿਲੇ ਇਹਦਾ ਤੇ ਮਜ਼ਾ ਲੈ ਲੈ। ਹਾਏ ਕੀ ਤੂੰ ਇਲਮ ਦੇ ਦਿੱਤਾ ਕਿ ਸਾਰੀਆਂ ਹੀ ਇੱਟਾਂ ਜਿਹੜੀਆਂ ਪੱਠੇ ਦਰ ਮਰ ਗਈਆਂ ਯਾਰ। ਓਏ ਕੀ ਦੱਸਿਆ ਯਾਰ, ਉਹ ਸੁਣੋ ਏ, ਅਸੀਂ ਤੇ ਸਮਝਦੇ ਸੀ ਤੰਦੂਰ ਚ ਇੱਟਾਂ ਬਣਦੀਆਂ ਨੇ, ਕੁੱਕਰ ਚ ਬਣਦੀਆਂ ਨੇ, ਹਾਂ ਉਤੋਂ ਕਲੈਪਾਂ ਸ਼ੁਰੂ ਹੋ ਗਈ ਹਾਈ ਪਿੱਚ ਦੇ, ਉੱਥੇ ਹੀ ਪਿੱਚ ਤੇ ਚਲਾ ਗਿਆ ਬਿਲਕੁਲ ਇਸ ਤਰ੍ਹਾਂ। ਉਸ ਤੋਂ ਬਾਅਦ ਜਿਹੜੀ ਗੱਲ ਹੋਈ ਉਹ ਮੈਨੂੰ ਨੀ ਸਮਝ ਆਈ, ਬਲਕਿ ਬਾਜ਼ ਖਾਤ ਸਖਾਵਤ ਜਾਂ ਕੋਈ ਜੁਗਤ ਕਰਦੇ ਕਹਿੰਦੇ ਮੈਨੂੰ ਜਵਾਬ ਨਹੀਂ ਸੀ ਕਹਿੰਦਾ। ਅੱਛਾ ਜੀ, ਮੈਂ ਕੀ ਗੱਲ ਕਹਿੰਦਾ ਉਹਨੇ ਜੁਗਤ ਕੀਤੀ ਹੈ ਤੇ ਮੈਂ ਜਵਾਬ ਦੇਣੀ ਚਾਹ ਰਿਹਾ ਕਿਉਂਕਿ ਮੈਂ ਫਸਿਆ ਸਾਂ। ਜੀ ਜੀ, ਪ੍ਰੋਗਰਾਮ ਉੱਤੇ ਜਾ ਰਿਹਾ, ਮੈਂ ਕਿਹਾ ਇੱਕ ਵੀ ਨੀਵੀਂ ਹੋ ਗਈ ਤੇ ਮੈਂ ਉਹਨੂੰ ਕਿਹਾ ਓਏ ਤੂੰ ਇਹ ਜਿਹੜੀ ਗੱਲ ਹੁਣ ਮੈਂ ਯਾਦ ਕਰ ਰਿਹਾ ਜਵਾਬ ਕੀ ਦੇਵਾਂ, ਓਏ ਤੂੰ ਜਿਹੜੀ ਇਹ ਗੱਲ ਕੀਤੀ ਏ ਤੇ ਹੁਣ ਮੈਨੂੰ ਕੋਈ ਵੀ ਨੀ ਹੈ ਤੇ ਐਂਡ ਤੇ ਮੈਂ ਕੀ ਹੈ, ਓਏ ਜਿਹੜੀ ਤੂੰ ਇਹ ਗੱਲ ਕੀਤੀ ਏ ਇਹ ਜਿਹੜੀ ਉਸ ਤੋਂ ਬਾਅਦ ਫਿਰ ਜਿਹੜੀ ਵੀ ਗੱਲ ਹੋਈ ਉਹ ਯਾਨੀ ਉਹਨਾਂ ਨੇ ਉਸ ਨੂੰ ਨਾ ਕੋਈ ਸੈਗਮੈਂਟ ਕੀਤੇ, ਨਾ ਪੂਰੇ ਕੁਐਸਚਨ ਕੀਤੇ, ਨਾ ਉਹਦੀ ਸ਼ਾਇਰੀ ਪੂਰੀ ਹੋਈ, ਨਾ ਉਹਦੀ, ਬਸ ਲੱਗਾ ਸੀ ਸਾਰਾ ਪ੍ਰੋਗਰਾਮ ਮੇਰੇ ਤੇ ਔਰ ਤੁਹਾਡੇ ਤੇ ਸੀ ਔਰ ਤੁਹਾਡੇ ਤੇ ਵਾਈਂਡ ਅਪ ਔਰ ਤੁਹਾਡੇ ਤੇ ਸ਼ੁਰੂ। ਅੱਛਾ ਉਹਦੇ ਚ ਤੁਸੀਂ ਫੁੱਟਵਰਕ ਔਰ ਜਿਹੜੀ ਜਿਸਮਾਨੀ ਕਾਮੇਡੀ ਤੁਸੀਂ ਕੀਤੀ ਹੈ ਨਾ, ਦੇਖੋ ਬੋਲ ਕੇ ਕਾਮੇਡੀ ਸਾਰੇ ਹੀ ਕਰ ਲੈਂਦੇ ਨੇ, ਲੇਕਿਨ ਫੇਸ ਐਕਸਪ੍ਰੈਸ਼ਨ ਦੇਣੇ, ਜਿਸਮ ਦੇ ਨਾਲ ਕਾਮੇਡੀ ਕਰਨੀ, ਜਿਸ ਤਰ੍ਹਾਂ ਉਹ ਤੁਸੀਂ ਸੱਤ ਰੱਬਟੀ ਗੇਂਦ ਵਾਂਗੂ ਜਿਹੜਾ ਤੁਸੀਂ ਟੱਪਦੇ ਨੱਚਦੇ ਉਹ ਇੱਧਰ ਬਹਿ, ਉਹ ਇਹ ਕੀ ਸਟਾਈਲ ਹੈ? ਇੰਸਪਾਇਰੇਸ਼ਨ ਹੈ ਕਿਸੇ ਕੋਲੋਂ ਜਾਂ ਤੁਸੀਂ ਖੁਦ ਹੀ? ਇਹ ਇੰਸਪੀਰੇਸ਼ਨ ਕਿਸੇ ਦੀ ਨਹੀਂ। ਅੱਛਾ ਜੀ, ਇਹ ਮੈਂ ਪਹਿਲਾ ਜੋ ਡਰਾਮਾ ਕੀਤਾ ਸੀ 1975 ਚ ਨਾਜ਼ਰੀਨ ਪਹਿਲਾ ਡਰਾਮਾ, ਤੇ ਉਹ ਮੈਂ ਐਂਟਰ ਹੋਇਆ ਨਾ ਮੈਂ ਬੋਲਿਆ ਨਾ ਤੇ ਉਹ ਆਵਾਜ਼ ਮੇਰੀ ਬਹਿ ਗਈ। ਅੱਛਾ ਜੀ, ਤੋ ਰੌਲਾ ਪੈ ਗਿਆ, ਓਏ ਓਏ ਉੱਚੀ, ਓਏ ਉੱਚੀ ਬੋਲ। ਹੁਣ ਉਹ ਪਿੱਛੇ ਉਸਤਾਦ ਮੇਰੇ ਘਰ, ਇਡੀਅਟ ਲਾਊਡ ਉੱਚੀ ਬੋਲੋ, ਉਹ ਮੈਂ ਉੱਚੀ ਬੋਲੋ ਹੋਰ ਥੱਲੇ ਆਵਾਜ਼ ਪੈ ਜਾ, ਓਏ ਹੋਏ ਹੁਣ ਓਏ ਉੱਚੀ, ਉਹ ਪੂਰਾ ਹਾਲ ਕਹਿ ਰਿਹਾ, ਉਹ ਮੈਂ ਹੂਟ ਹੋ ਰਿਹਾ ਪਿੱਛੋਂ ਹੂਟ ਹੋ ਰਿਹਾ, ਤੇ ਮੈਂ ਨਾ ਇੰਨਾ ਟੈਂਸ਼ਨ ਹੋ ਗਿਆ। ਤਾਂ ਮੇਰੇ ਕੋਲ ਸੀ ਸਟਿੱਕ, ਮੀਰ ਸਾਹਿਬ ਦਾ ਕਰੈਕਟਰ ਸੀ, ਤੇ ਮੈਂ ਗੱਲ ਕਰਦੇ ਕਰਦੇ ਨਾ ਉਹਨੇ ਕਿ ਪਰੇਸ਼ਾਨੀ ਦੇ ਵਿੱਚ ਮੈਂ ਸਟਿੱਕ ਦੇ ਉੱਤੇ ਨਾ ਇੰਜ ਛਾਲ ਮਾਰੀ, ਮੈਂ ਕਿਆ ਕਹਿ ਰਿਹਾ ਉਹ ਮੀਆਂ ਕਿਰਾਇਆ ਪਾ ਗਏ, ਉਛਲ ਕੇ ਉਹਦੇ ਸਟਿੱਕ ਤੇ ਕਿਰਾਇਆ ਪਾ ਗਏ, ਦੂਜੀ ਮੈਂ ਫੇਰ ਕੀਤੀ ਕਿਰਾਇਆ ਪਾ ਗਈ, ਉਹ ਮੈਂ ਉਛਲ ਕੇ ਤੇ ਉਹ ਕਲੈਪਾਂ ਸ਼ੁਰੂ ਹੋ ਗਈਆਂ। ਉਹ ਦਿਨ ਜਾਏ ਤੇ ਉਹ ਦਿਮਾਗ ਦੇ ਨਾ ਲਾਸ਼ੂਰ ਚ ਵੜ ਗਿਆ। ਅੱਛਾ, ਇਹਦੇ ਚ ਤੁਹਾਡੇ ਜਿਹੜੇ ਸਾਥੀ ਅਦਾਕਾਰ ਸਨ ਨਾ, ਤੁਹਾਡੇ ਕੁਲੀਗਸ, ਕਿਸੇ ਨੇ ਦੇਖੋ ਤੁਹਾਨੂੰ ਸੱਤ ਰੱਬਟੀ ਕਿਹਾ, ਕਿਸੇ ਨੇ ਤੁਹਾਨੂੰ ਮੌਂਕੀ ਵਾਂਗੂ ਛਾਲਾਂ ਮਾਰਦਾ, ਕਿਸੇ ਨੇ ਤੁਹਾਨੂੰ ਕਿਹਾ ਕਿ ਯਾਰ ਚਿੰਗਮ ਖਿੱਚੀ ਹੁੰਦੀ ਹੈ, ਕਿਸੇ ਨੇ ਕਿਹਾ ਕਿ ਯਾਰ ਜ਼ਮੀਨ ਤੱਤੀ ਹੋ ਗਈ ਉੱਤੇ ਟੱਪ ਰਹੇ ਹੋ ਤੁਸੀਂ, ਮਤਲਬ ਇਹੋ ਜਿਹੀਆਂ ਗੱਲਾਂ ਸੁਣ ਕੇ ਤੁਸੀਂ
ਮਹਿਸੂਸ ਹੁੰਦੇ ਸੀ ਕਿ ਯਾਨੀ ਜੋ ਤੁਸੀਂ ਕਰ ਰਹੇ ਹੋ ਪਹੁੰਚ ਰਿਹਾ? ਦੇਖੋ ਸੈਟ ਜਿਹੜਾ ਨਾ ਥੀਏਟਰ ਸਾਡਾ ਹੈ ਜੀ, ਇਹ ਹੈ ਕੌਮੇਡੀ ਥੀਏਟਰ, ਠੀਕ ਹੈ ਜੀ, ਬਹੁਤ ਹੀ ਇਹਦੇ ਚ ਸੰਜੀਦਗੀ ਤੇ ਬਰਦਾਸ਼ਤ ਨਹੀਂ, ਠੀਕ, ਉਹ ਤੋਂ ਲਾਫਟਰ ਤੁਹਾਨੂੰ ਆਏ, ਮੈਨੂੰ ਆਏ ਜਾਂ ਮੇਰੇ ਤੋਂ ਆਏ, ਤੁਸੀਂ ਜੁਗਤ ਕਰ ਰਹੇ ਹੋ ਮੇਰੇ ਤੋਂ, ਉਹ ਥੀਏਟਰ ਦੀ ਉਹ ਕਾਮਯਾਬੀ।